ਦੱਸੋ ਟੋਟਲ ਕਿੰਨੇ ਹੁਣ ਤੱਕ ਜਿਹੜੇ ਆਪਾਂ ਸੈਂਪਲ ਭੇਜੇ ਨੇ ਕਿੰਨੇ ਨੈਗੇਟਿਵ ਆਏ ਨੇ ਔਰ ਕਿੰਨੇ ਪੈਂਡਿੰਗ ਆਏ ਨੇ ਸਰ 1325 ਸੈਂਪਲ ਅਸੀਂ ਕੱਲ੍ਹ ਤੱਕ ਭੇਜ ਚੁੱਕੇ ਹਾਂ 521 ਨੈਗੇਟਿਵ ਆਏ ਤੇ ਆ 717 ਦੀ ਰਿਪੋਰਟ ਕੋਡ ਜਿਹੜੀ ਆ मोगा विच वधिया करोना वायरस का कहर अज मोगा विच 9 होर करोना के पॉजिटिव केस आए सामने कुल संख्या करोना मरीजों की मोगा विच होई 37 एक मरीज़ नूं भेजा गया लुधियाना तुहानूं दस दिए कि हुण तक 1325 मरीजों के मोगा विच सैंपल लै लिते गए ने जिन्हां विचों 521 की रिपोर्ट नैगेटिव आई है ते 777 मरीजों की रिपोर्ट अजे आनी बाकी है सब करोना मरीजों की मोगा दे विच आई दी की पिछड़ है करोना में साढ़े सर अज 900 पॉजिटिव केस आए हैं होर टोटल मिला के साढ़े को 36 पेशेंट हो गए एक पेशेंट जोड़ा साढ़ा मोगे जिले का लुधियाने इलाज करा रहा इस तरह 37 मरीज सर टोटल किन्ने हुण तक जो आप सैंपल भेजे ने किन्ने नैगेटिव आए हैं और किन्ने पेंडिंग रहिंदे ने सर 1325 सैंपल असी कल तक भेज चुके हैं 521 नैगेटिव आए गए हैं 717 की रिपोर्ट जी वेटिंग ਇਹ ਸਾਰੇ ਜਿਹੜੇ 36 ਹੁਣ ਆਪਣੇ ਕੋਲ ਹੈਗੇ ਨੇ ਸਾਰੇ ਮੋਗਾ ਸਰਕਾਰੀ ਹਸਪਤਾਲ ਸੀ ਆਈਸੋਲੇਸ਼ਨ ਵਾਰਡ ਵਿੱਚ ਇਹਨੂੰ ਪੜਨ ਲਿਆਵਾਂਗੇ ਜਿਹੜੇ ਨਵੇਂ ਅੱਜ ਆਏ ਆ ਉਹਨਾਂ ਦਾ ਇਲਾਜ ਕੀਤਾ ਜਾਊ ਪਿੰਡ ਪੁਜੋ ਵੀਰ ਸਿੰਘ ਇਹ ਕਿਹੜੇ ਪਿੰਡ ਤੋਂ ਆਗੇ ਸੀ ਜੀ ਇਹ ਸਰ ਪਿੰਡ ਇਹ ਹੈਗਾ ਜੀ ਆਪਣੇ ਡਮਰੂ ਪਿੰਡ ਹੈ ਤਿੰਨ ਉੱਥੋਂ ਦੇ ਨੇ ਬਾਕੀ ਜਿਹੜੇ 6 ਦਰਸ਼ਨ ਸਿੰਘ ਤੇ ਕੰਟੈਕਟਸ ਗਲੋਟੀ ਦੇ ਇਹਨਾਂ 'ਚ ਕੋਈ ਯਾਤਰੀ ਵੀ ਹੈਗੇ ਹਜ਼ੂਰ ਸਾਹਿਬ ਦੇ ਤਿੰਨ ਯਾਤਰੀ ਨੇ ਵਾਪਸ ਆਏ ਨੇ ਹਜ਼ੂਰ ਸਾਹਿਬ ਤੋਂ ਟੋਟਲ ਕਿੰਨੇ ਪੇਸ਼ੈਂਟ ਜਿਹੜੇ ਹੁਣ ਤੱਕ ਹੋ ਗਏ ਜੀ ਮੋਗਾ ਦੇ ਵਿੱਚ ਕਰੋਨਾ ਦੇ ਜੀ ਟੋਟਲ 37 ਹੋ ਗਏ ਜੀ ਗੁਰਬਾਣੀ ਖੰਡਮਣੀ ਵਾਸਤੇ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ